ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਕੱਲ ਮੌਸਮ ਤੜਕੇ ਇੱਕਦਮ ਬਦਲ ਗਿਆ ਤਕਰੀਬਨ ਪੂਰੇ ਪੰਜਾਬ ਸਮੇਤ ਹਰਿਆਣਾ ਦੇ ਕੁਝ ਹਿੱਸੇ ਅਤੇ ਚੰਡੀਗੜ੍ਹ ਦੇ ਵਿੱਚ ਇੱਕਦਮ ਆਈ ਤੇਜ਼ ਹਨੇਰੀ ਅਤੇ ਕਾਲੇ ਬੱਦਲ ਨੇ ਲੋਕਾਂ ਨੂੰ ਇੱਕ ਵਾਰੀ ਤਾਂ ਡਰਾ ਦਿੱਤਾ ਸੀ ਲੱਗਦਾ ਸੀ ਜਿਵੇਂ ਬਹੁਤ ਭਾਰੀ ਮੀਂਹ ਵਰੂਗਾ ਪਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਤਾਂ ਹਨੇਰੀ ਤੋਂ ਬਾਅਦ ਇੱਕਦਮ ਮੌਸਮ ਸ਼ਾਂਤ ਹੋ ਗਿਆ ਸੀ ਉਸੇ ਤਰ੍ਹਾਂ ਕੜਕ ਦੀ ਧੁੱਪ ਦਿਖਾਈ ਦਿੱਤੀ ਪਰ ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਕੱਲ ਮੀਂਹ ਪਿਆ, ਚੱਖੜ ਆਉਣ ਕਰਕੇ ਆਵਾਜਾਈ ਪ੍ਰਭਾਵਿਤ ਹੋਈ, ਸੜਕਾਂ ਤੇ ਕਈ ਥਾਈਂ ਰੁੱਖ ਡਿੱਗ ਗਏ ਤੇ ਸ਼ਹਿਰ ਦੇ ਵਿੱਚ 7 ਐਮ ਐਮ ਮੀਂਹ ਵੀ ਪਿਆ ਜਿਸ ਕਰਕੇ ਤਾਪਮਾਨ ਘਟਿਆ ਹੈ। ਬਹੁਤ ਜ਼ਿਆਦਾ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਕਈ ਥਾਵਾਂ ਤੇ ਰੁੱਖਾਂ ਦੇ ਟਾਣੇ ਟੁੱਟ ਕੇ ਸੜਕਾਂ ਤੇ ਡਿੱਗੇ ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਤੋਂ ਬਚਾ ਰਿਹਾ ਹੈ ਮੌਸਮ ਵਿਭਾਗ ਨੇ ਸਿਟੀ ਬਿਊਟੀਫੁੱਲ ਦੇ ਵਿੱਚ ਅਗਲੇ 4 ਦਿਨ ਟੁੱਟਵਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ ਮੌਸਮ ਬਦਲਣ ਕਰਕੇ ਸੁਖਨਾ ਝੀਲ ਤੇ ਘੁੰਮਣ ਵਾਲਿਆਂ ਦੀ ਵੀ ਕੱਲ ਭੀੜ ਲੱਗੀ ਕਿਉਂਕਿ ਜਿਹੜਾ ਝੱਖੜ ਵਾਲਾ ਮੌਸਮ ਸੀ ਉਹ ਮਸਾਂ ਹੀ 10-15 ਮਿੰਟ ਰਿਹਾ ਉਸ ਤੋਂ ਬਾਅਦ ਮੀਂਹ ਪਿਆ ਤੇ ਮੌਸਮ ਇੱਕਦਮ ਸ਼ਾਂਤ ਹੋ ਗਿਆ ਸੀ ਭਾਵੇਂ ਧੁੱਪ ਨਿਕਲੀ ਹੋਈ ਸੀ ਪਰ ਠੰਡਕ ਦਾ ਅਹਿਸਾਸ ਕੀਤਾ ਜਾ ਸਕਦਾ ਸੀ ਪੰਜਾਬ ਦੇ ਵਿੱਚ ਵੀ ਮੌਸਮ ਵਿਭਾਗ ਨੇ 2 ਦਿਨਾਂ ਤੱਕ ਯਾਨੀ ਕਿ ਅੱਜ ਤੇ ਕੱਲ੍ਹ ਕਈ ਥਾਵਾਂ ਤੇ ਰੁਕ ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਪੰਜਾਬ ਦੇ ਵਿੱਚ ਹੜ੍ਹਾਂ ਦੇ ਹਾਲਾਤਾਂ ਦਰਮਿਆਨ ਇੱਕ ਵੱਡੀ ਖਬਰ ਦਿੱਲੀ ਤੋਂ ਆਈ ਹੈ ਕਿ ਸੈਂਟਰ ਸਰਕਾਰ ਨੇ ਹੜਾ ਕਾਰਨ ਨੁਕਸਾਨੀ ਝੋਨੇ ਦੀ ਫਸਲ ਦੇ ਲਾਗਤ ਖਰਚੇ ਦਾ ਮੁਆਵਜ਼ਾ ਆਫਤ ਰਾਹਤ ਫੰਡਾਂ ਵਿੱਚੋਂ ਦਿੱਤੇ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਇਸ ਫੈਸਲੇ ਨਾਲ ਪੰਜਾਬ ਸਰਕਾਰ ਦੇ ਲਈ ਝੋਨੇ ਦੀ ਮੁੱਢਲੇ ਪੜਾ ਤੇ ਨੁਕਸਾਨੀ ਫਸਲ ਦਾ ਮੁਆਵਜ਼ਾ ਦੇਣ ਦਾ ਪੱਧਰਾ ਹੋ ਗਿਆ ਹੈ ਪੰਜਾਬ ਸਰਕਾਰ ਦੇ ਲਈ ਇਹ ਦੁਬਧਾ ਤੇ ਡਿੱਕਾ ਬਣਿਆ ਹੋਇਆ ਸੀ ਕਿ ਆਫਤ ਰਾਹਤ ਫੰਡਾਂ ਚੋ ਕਿਸਾਨਾਂ ਨੂੰ ਝੋਨੇ ਦੀ ਲੁਆਈ ਮੌਕੇ ਹੜ੍ਹਾਂ ਨਾਲ ਨੁਕਸਾਨੀ ਫਸਲ ਦਾ ਮੁਆਵਜ਼ਾ ਕਿਵੇਂ ਦਿੱਤਾ ਜਾਵੇ ਤੇ ਹੁਣ ਕੇਂਦਰ ਦੀ ਇਜਾਜ਼ਤ ਤੋਂ ਬਾਅਦ ਪੰਜਾਬ ਸਰਕਾਰ ਝੋਨੇ ਦੀ ਲਾਗਤ ਖਰਚੇ ਵਜੋਂ 680 ਰੁਪਏ ਪ੍ਰਤੀ ਇੱਕ ਡੇਹ ਸਾਬ ਨਾਲ ਮੁਆਵਜ਼ਾ ਦੇ ਸਕੂਗੀ ਦਰਸਲ ਕੇਂਦਰ ਸਰਕਾਰ ਵੱਲੋਂ ਕੌਮੀ ਆਫਤ ਪ੍ਰਬੰਧਨ ਫੰਡਾਂ ਦੇ ਨਿਰਧਾਰਿਤ ਨੁਕਸਾਨ ਦਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਕਿਉਂਕਿ ਲੁਆਈ ਦੇ ਪੜਾਤੇ ਹੋਏ ਨੁਕਸਾਨ ਨੂੰ ਪੂਰੀ ਫਸਲ ਵਜੋਂ ਨਹੀਂ ਵਿਚਾਰਿਆ ਜਾਂਦਾ ਸੋ ਸਰਕਾਰ ਭਾਵੇਂ ਲਾਗਤ ਖਰਚੇ ਵਜੋਂ 1800 ਰੁਪਏ ਪ੍ਰਤੀ ਏਕੜ ਦੇ حساب ਨਾਲ ਕਿਸਾਨਾਂ ਨੂੰ ਮੁਆਵਜ਼ਾ ਦੇਊਗੀ ਜਦਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੁਤਾਬਿਕ ਹੜਾ ਕਾਰਨ ਝੋਨੇ ਦੀ ਲੁਆਈ ਆਤੀ ਕਰੀਬ 7800 ਰੁਪਏ ਪ੍ਰਤੀ ਏਕੜ ਦੇ ਲਾਗਤ ਖਰਚੇ ਆਏ ਨੇ ਯਾਨੀ ਕਿ ਖਰਚਾ ਜਿੰਨਾ ਹੋਇਆ ਨੁਕਸਾਨ ਹੋ ਗਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਸਰਕਾਰ ਜਿਹੜਾ ਮੁਆਵਜ਼ਾ ਦੇਵੇਗੀ ਉਹ ਖਰਚੇ ਤੋਂ ਘੱਟ ਹੈ ਤੇ ਪੰਜਾਬ ਸਰਕਾਰ ਉਹਨਾਂ ਸਾਰੇ ਕਿਸਾਨਾਂ ਨੂੰ ਫਸਲੀ ਮੁਆਵਜ਼ਾ ਦੇਊਗੀ ਜਿਨ੍ਹਾਂ ਦੇ ਝੋਨੇ ਦੀ ਫਸਲ ਜੁਲਾਈ ਦੇ ਵਿੱਚ ਛੜਾਂ ਦੀ ਮਾਰ ਹੇਠ ਆਉਣ ਕਰਕੇ ਖਤਮ ਹੋ ਗਈ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਆਫ਼ਤ ਰਾਹਤ ਫੰਡਾਂ ਦੇ ਨਿਯਮਾਂ 'ਚ ਛੋਟ ਦਿੱਤੇ ਜਾਂਦਾ ਮਾਮਲਾ ਕੇਂਦਰ ਦੇ ਕੋਲ ਚੁੱਕਿਆ ਸੀ। ਮਾਲ ਮੰਤਰੀ ਬ੍ਰਹਮਸ਼ੰਕਰ ਜੰਪਾ ਨੇ ਦੱਸਿਆ ਕਿ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੀ ਹੋਇਆ ਹੈ ਕਿ ਕਿਸੇ ਫਸਲ ਦੇ ਮੁੱਢਲੇ ਲਾਗਤ ਖਰਚੇ ਵਜੋਂ 800 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਜਦਕਿ ਪਹਿਲਾਂ ਪੱਕਣ ਤੇ ਆਈ ਫਸਲ ਦੇ ਨੁਕਸਾਨ ਦਾ ਮੁਆਵਜ਼ਾ ਹੀ ਦਿੱਤਾ ਜਾਂਦਾ ਰਹੇ।